बिच बिच मक्की पूरी वधिया खड़ी आ ते बिच बिच हजे निकलदी आ ते देख सकदे आ बिच डब जे हैगे आ किसे किसे सियाड़ च ते पर ओह हरी होई जांदी आ थल्ले तीन चार दिनां च क्लीयर हो जूगा ਵੀ ਕਿੰਨੀ ਕੁ ਮੱਕੀ ਨਿਕਲਦੀ ਹੈ ਤੇ ਕਿੰਨੀ ਕੁ ਸਾਡੇ ਮੁੱਠਾ ਕਾਫੀ ਦਿਖਦਾ ਵਾ ਤੇ ਬਾਕੀ ਚ ਘੱਟ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਆ ਗਏ ਸੀ ਅੰਦਰਲੇ ਘਰੇ ਤੇ ਬਾਹਲੇ ਚੇਂਜ ਹੋ ਗਏ ਸੀ ਕਾਫੀ ਤੇ ਬਾਕੀ ਕਰਦੇ ਆ ਮੈਸਤਰੀ ਨਾਲ ਗੱਲਬਾਤ ਕੋਈ ਅਤੇ ਕਿੰਨੇ ਕੁ ਬਾਲੇ ਚੇਂਜ ਹੋਏ ਆ ਦੇਖ ਸਕਦੇ ਹਾਂ ਅਤੇ ਬਾਕੀ ਕਾਫੀ ਖਿਲਾਰਾ ਖਿਲ ਰਿਹਾ ਹੋਇਆ ਅੰਦਰ ਦਿਖਾਉਂਦੇ ਹਾਂ ਫਿਰ ਬਾਲੇ ਚੇਂਜ ਹੋ ਗਏ ਆ ਕਾਫੀ ਅਤੇ ਅੱਜ ਦੋ ਦਿਨ ਹੋ ਗਏ ਆ ਲੱਗਿਆ ਨੂੰ ਮਿਸਤਰੀਆਂ ਨੂੰ ਅਤੇ ਕਾਫੀ ਅੱਕਣ ਜਿਹੜਾ ਕੰਮ ਆ ਇਹ ਸੌਖਾ ਨਹੀਂ ਹੈਗਾ ਨਵੀਂ ਛੱਤ ਪਾਉਣੀ ਸੌਖੀ ਆ ਹਜੇ ਅਤੇ ਬਾਲੇ ਪੁਰਾਣੇ ਕੱਢ ਕੇ ਪਾਉਣੇ ਔਖੇ ਆ ਇਕੱਲਾ ਇਕੱਲਾ ਬਾਲਾ ਚੈੱਕ ਕਰਨਾ ਪਹਿਲਾਂ ਜਿਹੜਾ ਸਹੀ ਆ ਉਹ ਛੱਡ ਦੇਣਾ ਅਤੇ ਜਿਹੜਾ ਖਰਾਬ ਆ ਉਹ ਕੱਢ ਲੈਣਾ ਅਤੇ ਬਾਲਿਆਂ ਦਾ ਮਾੜਾ ਮੋਟਾ ਸਾਈਜ਼ ਦਾ ਫਰਕ ਆ ਸਾਰਿਆਂ ਦਾ ਆਪੋ ਆਪਣੀ ਕਿਉਂਕਿ ਮਾੜਾ ਮੋਟਾ ਸੂਤ ਦਾ ਵੀ ਫਰਕ ਹੋ ਗਿਆ ਅਤੇ ਪੈਂਦੇ ਨਹੀਂ ਗੇ ਬਾਲੇ ਫਿਰ ਇੱਕ ਦੂਜੇ 'ਚ ਅਤੇ ਹਿਸਾਬ ਕਿਤਾਬ ਨਾਲ ਪਾਉਣੇ ਪੈਂਦੇ ਆ ਪੂਰੇ ਥੋੜ੍ਹਾ ਜਿਹਾ ਅੱਕਣ ਜਿਹੇ ਵਾਲਾ ਕੰਮ ਆ ਅਤੇ ਚਲੋ ਬਾਕੀ ਕੋਈ ਗੱਲ ਨਹੀਂ ਲੰਘ ਜਾਣਾ ਟਾਈਮ ਇੱਦਾਂ ਹੀ ਮਿਸਤਰੀ ਨਾਲ ਦੀ ਨਾਲ ਕਟਾਈ ਕਰੀ ਜਾਂਦਾ ਵਾ ਬਾਲੇ ਥੋੜ੍ਹੇ ਜਿਹੇ ਲੰਮੇ ਲਿਆਉਂਦੇ ਸੀਗੇ ਵੀ ਛੋਟਿਆਂ ਦਾ ਕੋਈ ਹੱਲ ਨਹੀਂ ਵੱਡਿਆਂ ਦਾ ਤਾਂ ਵੱਢ ਕੇ ਕੰਮ ਚੱਲ ਜੂਗਾ ਆਪਣਾ ਅਤੇ ਨਾਲ ਦੀ ਨਾਲ ਕਟਿੰਗ ਹੋਈ ਜਾਂਦੀ ਹੈ ਬਾਲਿਆਂ ਦੀ ਫਿਰ ਇਹ ਜਿਹੜੇ ਬਾਲੇ ਆ ਨਸੂੜੇ ਦੀ ਲੱਕੜ ਦੇ ਬਾਲੇ ਆ ਇਹ ਅਤੇ ਇਹ ਠੋਸ ਆ ਪੂਰੇ ਅਤੇ ਗਏ ਤਾਂ ਅਸੀਂ ਲੈਣ ਸੀਗੇ ਸਫਾਈ ਦੇ ਦੇ ਅਤੇ ਬਾਕੀ ਲੱਕੜ ਤਾਂ ਪਰੇ ਤੋਂ ਪਰੇ ਪਈ ਆ ਅਤੇ ਚਲੋ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਸਕੀਮ ਹਜੇ ਪੱਕੀ ਨੀਗੀ ਹੈਗੀ ਵੀ ਕਿੰਨੇ ਕੁ ਸਾਲ ਆਪਾਂ ਵੀ ਇਹ ਛੱਤ ਬਦਲੀ ਕਰਨੀ ਨੀਗੀ ਕਿਉਂਕਿ ਚੱਕਰ ਇਹ ਆ ਵੀ ਜੇ ਕੱਲ੍ਹ ਨੂੰ ਸਕੀਮ ਬਦਲੀ ਹੁੰਦੀ ਆ ਆਪਣੀ ਵੀ ਲੈਂਟਰ ਲਾਉਣਾ ਜਾਂ ਕੁਛ ਕਰਨਾ ਵਾ ਅਤੇ ਫਿਰ ਇੰਨਾ ਖਰਚਾ ਕਰਨ ਦੀ ਲੋੜ ਨਹੀਂ ਬਾਲਿਆਂ 'ਤੇ ਵੀ ਚਲੋ ਜਿੰਨਾ ਟਾਈਮ ਟਿਕਿਆ 'ਚ ਕੰਮ ਚੱਲੀ ਜਾਂਦਾ ਵੀ ਆਪਣਾ ਇਹਦੇ ਨਾਲ ਕੰਮ ਚੱਲ ਜਾਣਾ ਵਾ ਆ ਗਏ ਅੰਦਰ ਦਿਖਾਉਂਦੇ ਹਾਂ ਫਿਰ ਕਿਵੇਂ ਚੱਲਦਾ ਕੰਮ ਮਿਸਤਰੀ ਹੋਰ ਮੈਂ ਸਿਆ ਕਿਵੇਂ ਖਿੱਚੀ ਜਾਂਦਾ ਕੰਮ ਫਿਰ ਠੀਕ ਹੈ ਠੀਕ ਹੈ ਠੀਕ ਹੈ ਮਿਸਤਰੀ ਨੂੰ ਥੋੜ੍ਹਾ ਉੱਚੀ ਬਣਦਾ ਹੋਰ ਕੋਈ ਚੱਕਰ ਨਹੀਂ ਹੈਗਾ ਅਤੇ ਪ੍ਰੋਬਲਮ ਹੈਗੀ ਆ ਉਮਰ ਦੇ ਹਿਸਾਬ ਨਾਲ ਹੁਣ ਘਟਦਾ ਜਾਂਦਾ ਸਰੀਰ ਅਤੇ ਮਿਸਤਰੀ ਉਹ ਕਹਿੰਦਾ ਮੈਨੂੰ ਪੈਨਸ਼ਨ ਕਹਿੰਦਾ ਲੱਗੀ ਹੋਈ ਆ ਵੈਸੇ ਅਤੇ ਕੰਮ ਕਹਿੰਦਾ ਮੈਂ ਕਰਦਾ ਸਰੀਰ ਦੀ ਖਾਤਰ ਆ ਵੀ ਕਹਿੰਦਾ ਸਰੀਰ ਨਾ ਹੰਭਜੇ ਅਤੇ ਉਹ ਕਹਿੰਦਾ ਕੋਈ ਚੱਕਰ ਨਹੀਂ ਇਹੋ ਜਿਹਾ ਇੱਦਾਂ ਮਿਸਤਰੀ ਤਗੜਾ ਬਣਦਾ ਨਰੇਸ਼ ਕਹਿੰਦਾ ਮੇਰੇ ਤਿੰਨ ਕੁ ਸਾਲ ਰਹਿੰਦੇ ਆ ਹਜੇ ਪੂਰਾ ਨਹੀਂ ਉਹ ਤਾਂ ਤਾਂ ਚੱਕਦਾ ਜੇ ਘਰੇ ਲੈ ਕੇ ਜਾਣਾ ਵਾ ਊ ਨੀ ਚੱਕਦਾ ਹੋਣਾ ਊ ਤਾਂ ਬਾਲਾ ਮਾਣਾ ਚੱਕਦਾ ਮੈਨੂੰ ਲੱਗਦਾ ਸਹੀ ਗੱਲ ਆ ਜੇ ਮਿਸਤਰੀ ਨੂੰ ਕਹਿ ਰਹੀ ਪੱਠੇ ਘਰ ਨੂੰ ਲੈ ਜਾ ਇਕੱਲਾ ਜਾ ਕੇ ਲੈ ਜਾਊ ਦੋ ਭਰੀਆਂ ਬਣਾ ਦੋ ਪੱਕੀ ਗੱਲ ਹਜੇ ਵੀ ਜਿਹੜੇ ਰਿਕਾਰਡ ਆ ਪਹਿਲਾਂ ਉਹ ਮਿਸਤਰੀ ਦਾ ਦੇਖ ਲਓ ਮਿਸਤਰੀ ਤੇ ਅੱਜ ਵੀ ਇਹ ਪੂਰਾ ਕਾਇਮ ਆ ਜਾਣੀ ਕੰਮ ਕੁੰਮ ਨੂੰ ਤੇ ਚਲੋ ਬਾਕੀ ਤਾਂ ਠੀਕ ਆ ਸਮਝ ਆ ਕੇ ਚੱਲੀ ਜਾਂਦਾ ਤੇ ਬਾਲੇ ਨਾਲ ਦੀ ਨਾਲ ਚੇਂਜ ਹੋ ਜਾਂਦੇ ਸਾਰੇ ਨਰੇਸ਼ ਕਿਵੇਂ ਚੈੱਕ ਕਿਵੇਂ ਕਰਦਾ ਤੂੰ ਇਹ ਬਾਲੇ ਥੋੜੇ ਨਾ ਨਹੀਂ ਵੀ ਤੈਨੂੰ ਆਵਾਜ਼ ਦੀ ਪਹਿਚਾਣ ਆ ਜਾਂ ਕਿੱਦਾਂ ਸਮਝਦਾ ਤੂੰ ਬਾਲੇ ਨੂੰ ਵੀ ਇਹ ਚ ਜਾਨ ਹੈਗੀ ਕਿ ਨਹੀਂ ਹੈਗੀ ਠੀਕ ਆ ਤੇ ਨਰੇਸ਼ ਕਹਿੰਦਾ ਮੈਨੂੰ ਪਹਿਚਾਣ ਆ ਆਵਾਜ਼ ਦੀ ਵੀ ਜਿਹੜੀ ਆਵਾਜ਼ ਖਾਲੀ ਆਉਂਦੀ ਆ ਤੇ ਜੇ ਭਰੀ ਹੋਈ ਜਦੋਂ ਠੋਸ ਹੋਇਆ ਨਾ ਬਾਲਾ ਉਹਦੀ ਆਵਾਜ਼ ਅਲੱਗ ਤੋਂ ਹੋਊਗੀ ਤੇ ਇਹੀ ਇਹਦੀ ਪਹਿਚਾਣ ਆ ਤੇ ਜਿੰਨੇ ਕੁ ਬਾਲੇ ਚੇਂਜ ਹੋਏ ਉਨੇ ਕੁ ਕਰ ਦੇਣੇ ਤੇ ਬਾਕੀ ਫਿਰ ਗਾਂਹ ਜਾ ਕੇ ਫਿਰ ਕੰਮ ਚੱਲ ਜੂਗਾ ਜਿੰਨਾ ਟਾਈਮ ਲੰਘੂਗਾ ਹੁਣ ਦੇਖਾਂਗੇ 6-7 ਸਾਲ ਪਹਿਲਾਂ ਹੋ ਗਏ ਚੇਂਜ ਕੀਤੇ ਸੀ ਵਿੱਚੋਂ ਵਿੱਚੋਂ ਤੇ ਤਕਰੀਬਨ ਜਿਹੜੇ ਪੁਰਾਣੇ ਬਾਲੇ ਆ ਸਾਰੇ ਨਿਕਲ ਜਾਣਗੇ ਇਸ ਟਾਈਮ ਜਿਹੜੇ ਆਪਣੇ ਪਹਿਲਾਂ ਪਿੱਪਣ ਵਾਲੇ ਬਾਲੇ ਸੀਗੇ ਤੇ ਇਹ ਆਉਣਗੇ ਹੁਣ ਮਚਾਉਣ ਦੇ ਕੰਮ ਸਿਆਲਾਂ 'ਚ ਬਣਾਵਾਂਗੇ ਦਲੀ ਆ ਤੇ ਸਿਰਿਆਂ ਤੋਂ ਖਾਮੀ ਆ ਵਿੱਚੋਂ ਤੇ ਵਿਚਾਲਿਓ ਕਈ ਬਾਲੇ ਸਹੀ ਆ ਤੇ ਜਿੰਨੇ ਕੁ ਬਾਲੇ ਬਦਲੀ ਕਰਨ ਵਾਲੇ ਫਿਰ ਉਹ ਕਰ ਦੇਣਗੇ ਹੁਣ
ठीक है बढ़न ठीक है आ रही कई रखी हुई तेरे को टक्कर मारी जाना तू मैं देखी जाना उदो का नहीं जो तू हैगी बिच मैं तो देसी नहीं हजे हैगी बिच देख तो मैं तो लादा मरी हुई है इस टाइम बिच फिर भी एक अद्धी तो रह ही जाती है हाँ हम निकल जाते ये आ गई गही ये कवर की हुई सी रजाइया रजुइया रखन बेच बारी मूहरों बंद कर देंगे सके तो बाले देख सकते हैं काफ़ी चेंज हो गए तो हजे दो तीन दिन लग जाने होर तो क्योंकि जो बहरला बरांडा उस भी बदली होने चलद फिर दिखाने मक्की का रुख कि वा तो दिनों दिन मक्की उठती आनी है हूँ तो दिखाने फिर कि निकल आई है हूँ पानी तो बाद देखने सोहनी लगती है हूँ जिमें सियाड़ा च खड़ी है पूरी तो आ गया मक्की वाले खेत तो दिखाने फिर मक्की कितनी हरी हुई है तो हजे हरी हुई भी जाती है तो पैली हजे गिली आ सुकी नहीं गई हैगी जानी बट पोली आ पूरी बिच बिच मक्की पूरी वधिया खड़ी आ तो बिच बिच हजे निकलती है तो देख सकते हैं बिच डब जे हैगे किसी किसी सियाड़ तो पर हरी हुई जाती है थल्यो एक अद्धा दिन लगेगी तो तीन चार दिन च क्लीयर होजूगा भी कि मक्की निकलती है तो कि नहीं निकलती तो बाकी मशीन का दाना वैसे एको जहा पैंदा तो बाकी हुण पता लगेगा तो कई बार बिचो जानवर भी चुग जाते हैं बिचो इनू खा जाते कढ के बिचो तो चलो देखांगे कि हरी हुंदी आ तो दिखावांगे नाल नाल तो मोथा इहदे विच होण लग गया हरा बिच बिच हो गया वा तो जिहड़ा मूहरला पटा सीगा अपना तो जिहदे च बाजरा बीजा होया सीगा तो उहदे विच देख सकदे आ मोथा काफ़ी दिखदा वा तो बाकी च घट आ तो करांगे स्परे फिर दिखावांगे जिद्दां स्परे कीती तो स्परे लियावांगे फिर जिहड़ी कीड़े वाली कोई भी लियांदी गोह दी सुंडी तो दिखावांगे जिद्दां कीती स्परे फिर तो करदे आ वीडियो बंद फिर अज दी वीडियो किद्दां लगी लाइक कमेंट शेयर जरूर करना चैनल सबसक्राइब नहीं किया चैनल नूं सबसक्राइब ते बैल आइकन वाला बटन दबना नहीं भुलना ताकि सानूं होर भी नवे नवे वीडियो मिलदी रहन ओके धन्नवाद सारयां दा मिलदे आ नवी वीडियो लैके।